ਤੁਸੀਂ ਚੱਕਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਸਿੰਘ ਵੱਡੀ ਖਬਰ ਸਾਹਮਣੇ ਆ ਰਹੀ ਹੈ ਨਵਜੋਤ ਸਿੰਘ ਸਿੱਧੂ ਨੇ ਵਿਕਰਮ ਮਜੀਠੀਆ ਤੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਤੰਜ ਕੱਸਿਆ ਹੈ ਉਹਨਾਂ ਕਿਹਾ ਕਿ ਜੈਚੰਦਾ ਨੇ ਪੰਜਾਬ ਗਿਰਵੀ ਰੱਖ ਦਿੱਤਾ ਉਹਨਾਂ ਨੇ ਜੈਚੰਦ ਕਿਹਾ ਕੈਪਟਨ ਅਮਰਿੰਦਰ ਸਿੰਘ ਤੇ ਵਿਕਰਮ ਮਜੀਠੀਆ ਨੂੰ ਅਸਿੱਧੇ ਤੌਰ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਤੇ ਮਜੀਠੀਆ ਤੇ ਨਿਸ਼ਾਨਾ ਸਿੱਧਿਆ ਹੈ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸਭ ਨੂੰ ਪਤਾ ਹੈ ਕਿ ईडी ਦੇ ਨੋਟਿਸ ਕਿਸ ਨੂੰ ਆਉਂਦੇ ਸੀ ਜਾਂ ਫਿਰ ਕਿਸ ਨੇ ਬਾਹ ਮਰੋੜੀ ਸਾਫ ਤੌਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਨਿੱਜੀ ਹਿੱਤਾਂ ਦੇ ਲਈ ਪੰਜਾਬ ਨੂੰ ਗਿਰਵੀ ਰੱਖ ਦਿੱਤਾ ਗਿਆ ਨਵਜੋਤ ਸਿੰਘ ਸਿੱਧੂ ਨੇ ਇਸ ਮੌਕੇ ਭਿਉਂ ਭਿਉਂ ਸ਼ਬਦੀ ਚਪੇੜਾਂ ਮਾਰੀਆਂ ਕੈਪਟਨ ਅਮਰਿੰਦਰ ਸਿੰਘ ਤੇ ਵਿਕਰਮ ਮਜੀਠੀਆ ਨੂੰ ਉਹਨਾਂ ਨੇ ਕਿਹਾ ਕਿ ਜ਼ਰੂਰਤ ਦੀ ਲੋੜ ਹੈ ਮੁੜ ਹੌਸਲਾ ਕਰਨ ਦੀ ਲੋੜ ਹੈ ਪੰਜਾਬ ਨੂੰ ਗੋਡੇ ਨਹੀਂ ਟੇਕਣੇ ਚਾਹੀਦੇ ਤੇ ਅਸੀਂ ਆਪਣੀ ਲੜਾਈ ਆਪ ਲੜਾਂਗੇ ਸੁਪਰੀਮ ਕੋਰਟ ਜਾਣ ਦੀ ਗੱਲ ਕਹੀ ਨਾਲ ਹੀ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਖੇਤੀ ਕਾਨੂੰਨ ਤੇ BSF ਵਾਲਾ ਕਾਨੂੰਨ ਪੂਰੀ ਤਰ੍ਹਾਂ ਰੱਦ ਕਰਨ ਦੀ ਗੱਲ ਕੀਤੀ ਹੈ BSF ਦਾ ਜਿਹੜਾ ਨੋਟੀਫਿਕੇਸ਼ਨ ਹੈ ਉਸ ਨੂੰ ਵੀ ਰੱਦ ਕਰਨ ਦੀ ਗੱਲ ਨਵਜੋਤ ਸਿੰਘ ਸਿੱਧੂ ਨੇ ਕੀਤੀ ਹੈ ਚਰਨਜੀਤ ਚੰਨੀ ਦੀ ਹਾਜ਼ਰੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਸੀਂ ਗੋਡੇ ਨਹੀਂ ਟੇਕਾਂਗੇ ਸਭ ਨੂੰ ਪਤਾ ਹੈ ਕਿਸ ਨੇ ਗੋਡੇ ਟੇਕੇ ਕਿਸ ਦੀਆਂ ED ਬਾਹਾਂ ਮਰੋੜਦੀ ਰਹੀ ਕਿੰਨਾਂ ਨੂੰ ED ਦੇ ਨੋਟਿਸ ਆਉਂਦੇ ਰਹੇ ਤੇ ਕਿਸ ਦੇ ਇਸ਼ਾਰੇ ਤੇ ਕੌਣ ਨੱਚਦਾ ਰਿਹਾ ਤੇ ਪੰਜਾਬ ਨੂੰ ਗਿਰਵੀ ਰੱਖਿਆ ਦੇਖੋ ਕੀ ਕਿਹਾ ਨਵਜੋਤ ਸਿੰਘ ਸਿੱਧੂ ਨੇ ਇੰਸਟੀਟਿਊਸ਼ਨਸ ਨੂੰ ਆਪਣੇ ਪੋਲੀਟੀਕਲ ਮੋਟਿਵਸ ਦੇ ਲਈ ਯੂਜ਼ ਕੀਤਾ ਜਾ ਰਿਹਾ CBI ਹੋਵੇ ਚਾਹੇ ED ਹੋਵੇ ਕਿੰਨੇ MLA ਦੇ ਉੱਤੇ ਨੋਟਿਸ ਨੇ ਮੁੱਖ ਮੰਤਰੀਆਂ ਤੱਕ ਨੂੰ ਨਚਾਇਆ ਕਠਪੁਤਲੀਆਂ ਬਣਾ ਕੇ ਕਈ ਜੈਚੰਦ ਖੜੇ ਕਰਦੇ ਜਿਨ੍ਹਾਂ ਨੇ ਸੂਬਾ ਗਿਰਵੀ ਧਰਤਾ ਚਾਹੇ ਉਹਨਾਂ ਦੇ ਸਨ-ਇਨ-ਲਾਅ ਸੀ ਚਾਹੇ ਉਹ ਆਪ ਸੀ ਬਾਹਾਂ ਮਰੋੜੀਆਂ ਸੂਬੇ ਦੇ ਹੱਕ ਗਿਰਵੀ ਧਰਤੇ ਕੌਣ ਕਹਿੰਦਾ ਪ੍ਰੈਜ਼ੀਡੈਂਟ ਰੂਲ ਨਹੀਂ ਲੱਗਿਆ ਜੀ ਅੱਧਾ ਸੂਬਾ ਤੁਸੀਂ ਸਬਜੂਗੇਟ ਕਰਤਾ ਜਦੋਂ ਅਸੀਂ ਬਾਈ ਇਲੈਕਸ਼ਨ ਦੇਖਦੇ ਹੁੰਦੇ ਹਾਂ ਉਹ ਕਹਿੰਦੇ ਬਾਈ ਇਲੈਕਸ਼ਨ ਨਹੀਂ ਹੈ ਜੀ ਇਹ ਤਾਂ ਪੁਲਿਸ ਐਕਸ਼ਨ ਹੈ ਤੇ ਕੌਣ ਰੋਕੂਗਾ ਇਹਨਾਂ ਨੂੰ ਇਹ ਨਹੀਂ ਮੰਨਦੇ ਕੀ ਕੀਤਾ ਸੀ ਜਦੋਂ ਪਾਣੀਆਂ ਦਾ ਮਸਲਾ ਹੋਇਆ ਸੀ ਰਾਜਨੀਤੀ ਜੁਰਤ ਦੀ ਹੈ ਸਾਹਿਬ ਗੋਡੇ ਟੇਕਣ ਦੀ ਨਹੀਂ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਜ਼ੁਲਮ ਕਰਨਾ ਪਾਪ ਤੇ ਜ਼ੁਲਮ ਸਹਿਣਾ ਉਦੋਂ ਵੱਡਾ ਪਾਪ ਜੈਚੰਦਾ ਨੇ ਵੇਚਤਾ ਪੰਜਾਬ ਗਿਰਵੀ ਰੱਖਤਾ ਜੈਚੰਦਾ ਨੇ ਕੌਣ ਨੇ ਉਹ ਜੈਚੰਦ ਸਾਰੀ ਦੁਨੀਆ ਜਾਣਦੀ ਹੈ ਕਿਹਦੀ ਬਾਹ ਮਰੋੜਦੀ ਸੀ ED ਤੇ ਕਿਹਨਾਂ ਨੂੰ ED ਦੇ ਨੋਟਿਸ ਆਉਂਦੇ ਸੀ ਤੇ ਕੌਣ ਗੋਡੇ ਟੇਕ ਗਏ ਕੌਣ ਸਮਰਥਨ ਕਰਦੇ ਆ ਕੌਣ ਕਠਪੁਤਲੀਆਂ ਬਣ ਕੇ ਨੱਚਦੇ ਆ ਤੇ ਡਾਂਸ ਟੂ ਦੇ ਟਿਊਨਸ ਉਹਨਾਂ ਦੇ ਖਿਲਾਫ ਲੜਨਾ ਪੈਣਾ ਸਟੇਟ ਦੇ ਹੱਕਾਂ ਦੇ ਖਿਲਾਫ ਲੜਨਾ ਪੈਣਾ ਚਮਤਕਾਰ ਹੁੰਦੇ ਨੇ ਦੇਖੋ ਆਪਣੀਆਂ ਅੱਖਾਂ ਸਾਹਮਣੇ 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ ਪਾਓ 7 ਇਲਮਾਂ ਦੇ ਮਾਹਿਰ ਦਿਵਾਂਸ਼ੂ ਜੋਸ਼ੀ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ ਪਤੀ ਪਤਨੀ ਚੰਬਣ ਕਾਲੇ ਜਾਦੂ ਦਾ ਖਾਤਮਾ ਬਿਮਾਰੀ 'ਚ ਦਵਾ ਨਾ ਲੱਗਣਾ ਵਸ਼ੀਕਰਨ ਕਰਵਾਓ ਜਿਸ ਨੂੰ ਚਾਹੇ ਉਸ ਨੂੰ ਆਪਣੇ ਵਸ 'ਚ ਕਰੋ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ ਧੋਖੇਬਾਜ਼ ਪ੍ਰੇਮੀ ਪ੍ਰੇਮਿਕਾ ਸੌਤਨ ਦੁਸ਼ਮਣ ਨੂੰ ਆਪਣੀਆਂ ਅੱਖਾਂ ਸਾਹਮਣੇ ਤੜਫਦਾ ਵੇਖੋ 7082844950